ਲੈ ਹਾਂ ਸਿਲੰਡਰ ਵੇਚ ਕੇ ਕੱਪੜੇ ਤੇ ਆ ਗਏ ਆ। ਸਿਲੰਡਰ ਕਿਤੇ ਫੇਰ ਆਜੂਗਾ, ਨਾਲੇ ਸਿਲੰਡਰ ਆਪਾਂ ਕਰਨਾ ਕੀ ਆ ਜਦੋਂ ਆਪਾਂ ਚਲੀ ਬੰਬੇ ਜਾਣਾ। ਹੁਣ ਤੇ ਬਸ ਬੰਬੇ ਜਾਣ ਦਾ ਕਿਰਾਇਆ ਮਿਲ ਜਾਣਾ ਕਿਤੇ। ਵੇਖੀ ਮੈਂ ਫਿਲਮਾਂ ਦੇ ਦੰਦੇ ਲਾ ਦੂੰ ਦੰਦੇ। ਭਗਤਾ ਕਰੇ ਹੈ। ਲੈ ਹਾਂ ਬਾਬਿਆਂ ਦੀ ਕਿਰਪਾ ਨਾਲ ਪਹੁੰਚ ਜਾਂਗੇ ਹੁਣ ਬੰਬੇ। ਆ ਜਾ ਬਾਬਾ ਲੰਘ ਗਿਆ। ਬਾਬਿਆਂ ਨੂੰ ਦਾਲ ਆਟਾ ਮਾਇਆ ਦੀ ਸੇਵਾ ਪਾ ਭਗਤਾ। ਹੁਕਮ ਕਰ ਬਾਬਾ, ਚਾਹੀਦਾ ਕੀ? ਦੰਦੇ ਲਾ ਦਾਂਗੇ ਦੰਦੇ। ਭਗਤਾ ਦੰਦੇ ਰਹਿਣ ਦੇ, ਜੋ ਤਿਲ ਫੁੱਲ ਭੇਟਾ ਪਾਏਗਾ ਬਾਬੇ ਉਹਦੇ 'ਚ ਹੀ ਖੁਸ਼ ਹੋ ਜਾਣਗੇ। ਉਹ ਖੁਸ਼ ਕਰਕੇ ਹੀ ਤੋਰਾਂਗੇ ਬਾਬਾ ਤੈਨੂੰ, ਤੂੰ ਵੀ ਦਿਖਾ ਕੋਈ ਜੜੀ ਬੂਟੀ, ਵੇਖੀਏ ਬਾਬੇ ਕਿੰਨੀ ਕਰਨੀ ਵਾਲੇ ਆ। ਬਹਿ ਜਾ ਭਗਤਾ, ਫਿਰ ਤੈਨੂੰ ਦਿਖਾਉਂਦੇ ਹਾਂ ਜੜੀ ਬੂਟੀਆਂ। ਭਗਤਾ ਤੈਨੂੰ ਦਵਾਈਆਂ ਦਿਖਾਉਂਦੇ ਹਾਂ। ਇਹ 'ਚ ਵੀ ਦਵਾਈਆਂ ਹੀ ਬਾਬਾ? ਨਾ 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 ਭਗਤਾ, ਇਹਨੂੰ ਹੱਥ ਨਹੀਂ ਲਾਉਣਾ। ਬੜਾ ਜ਼ਹਿਰੀਲਾ ਨਾਗ ਅਜੇ ਤਾਜ਼ਾ ਫੜਿਆ ਹੈ, ਇਹਦਾ ਮੈਂ ਜ਼ਹਿਰ ਨਹੀਂ ਕੱਢਿਆ। ਜੇ ਇਹਨੇ ਡੱਸ ਲਿਆ ਤਾਂ ਬੜਾ ਔਖਾ ਹੋਜੂ। ਤੈਨੂੰ ਦਵਾਈਆਂ ਦਿਖਾਉਂਦੇ ਹਾਂ ਭਗਤਾ। ਆ ਦਵਾਈ ਦੀਆਂ ਕਿਤੇ ਦੋ ਗੋਲੀਆਂ ਤੂੰ ਨਰਨੇ ਕਾਲ ਜੇ ਖਾ ਲਏ ਨਾ, ਲੋਹੇ ਵਰਗਾ ਸਰੀਰ ਹੋਜੂ ਤੇਰਾ। 18-18 ਘੰਟੇ ਕੰਮ ਕਰੇਗਾ, ਥਕਾਵਟ ਤੇਰੇ ਨੇੜੇ ਨਹੀਂ ਆਉਣੀ। ਇਹ ਗੋਲੀਆਂ ਮੇਕੋ ਅਮਰੀਕਾ ਆਸਟ੍ਰੇਲੀਆ ਵਾਲੇ ਲੈ ਕੇ ਜਾਂਦੇ ਆ। ਕੀ ਗੱਲ ਬਾਬਾ, ਕੈਨੇਡਾ ਨੇ ਲੈ ਕੇ ਜਾਂਦੇ? ਨਹੀਂ ਭਗਤਾ, ਕੈਨੇਡਾ 'ਚ 18-18 ਘੰਟੇ ਕੰਮ ਕਿਹਨੂੰ ਮਿਲਦਾ? ਉੱਥੇ ਅਜੇ ਕੰਮ ਦੇ ਮੰਦੇ ਆ। ਉੱਥੇ ਗੋਲੀਆਂ ਖਾ ਕੇ ਬੱਚੇ ਆਪਸ 'ਚ ਲੜਦੇ ਆ, ਉਲਾਮੇ ਫਿਰ ਬਾਬਿਆਂ ਨੂੰ ਆਉਂਦੇ ਆ। ਠੀਕ ਆ ਠੀਕ ਆ, ਆਹ ਸਾਰੀਆਂ ਦਵਾਈਆਂ ਹੀ ਬਾਬਾ ਏ। ਆ ਵੀ ਬਾਬਾ ਦਵਾਈ ਆ? ਨਾ 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 ਭਗਤਾ, ਇਹ ਦਵਾਈ ਨੂੰ ਨਹੀਂ ਛੇੜਨਾ ਭਗਤਾ, ਇਹ ਬੜੀ ਜ਼ਹਿਰੀਲੀ ਦਵਾਈ ਹੈ। ਬੜੇ ਖਤਰਨਾਕ ਜੰਗਲਾਂ ਦੀਆਂ ਜ਼ਹਿਰੀਲੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੈ। ਇਹਦੀਆਂ ਦੋ ਬੂੰਦਾਂ ਜੈਨ ਹੱਥਾਂ ਦੀ ਕਹਿ ਕੇ ਕਿਸੇ ਨੂੰ ਪਿਲਾ ਦੇਗਾ ਨਾ, ਅਤੇ ਬੰਦਾ 6 ਘੰਟਿਆਂ ਲਈ ਮਰਿਆ ਬਰਾਬਰ ਸਮਝੀ। ਇਹ ਦਵਾਈ ਤਾਂ ਬਾਬਾ ਮੈਂ ਲੱਭਦਾ ਫਿਰਨ ਡਿਆ, ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ, ਗੇਮ ਬੜੀ ਤਗੜੀ ਪੈਣੀ। ਇਹਦਾ ਦੱਸ ਕੀ ਲੈਣਾ? ਭਗਤਾ ਦੇਣ ਵਾਲੇ ਤੇ 10,000 ਵੀ ਦੇ ਜਾਂਦੇ ਆ, 15 ਵੀ ਦੇ ਜਾਂਦੇ ਆ, ਪਰ ਬੰਦਾ ਬੜਾ ਘੈਂਟ ਲੱਗਾ ਹੈ। ਇੱਥੋਂ 2,000 ਦੀ ਸੇਵਾ ਲੈਣੀ ਹੈ। ਸੱਤ ਵਜਣ ਬਾਬਾ, ਹੁਣੇ ਹੀ ਲੈ ਕੇ ਆਉਂਦਾ ਮੈਂ। ਚਾਹ ਪੀਏ ਥੋੜ੍ਹੀ ਥੋੜ੍ਹੀ? ਭਗਤਾ ਪਿਲਾਏਗਾ ਤੇ ਪੀ ਲਾਂਗੇ। 1 ਮਿੰਟ 'ਚ ਆਇਆ ਬਾਬਾ ਮੈਂ। ਲੈ ਆ ਭਗਤਾ। ਜੈ ਨਾਥਾਂ ਦੀ, ਜੈ ਨਾਥਾਂ ਦੀ। ਫੜ ਬਾਬਾ ਚਾਹ ਪੀ। ਲਿਆ ਭਗਤਾ। ਅੱਜ ਭਗਤ ਤੇ ਬਾਬਾ ਇਕੱਠੇ ਹੀ ਚਾਹ ਪੀਣਗੇ। ਚਾਹ ਬੜੀ ਕਾਂਟੇਦਾਰ ਬਣਾਈ ਹੈ ਭਗਤਾ। ਬਾਬਾ ਤੂੰ ਕਿਤੇ ਰੋਜ਼ ਰੋਜ਼ ਆਉਣਾ? ਬੰਦਾ ਸਾਨੂੰ ਬੜਾ ਘੈਂਟ ਲੱਗਾ ਤੂੰ। ਤੈਨੂੰ 1 ਦਵਾਈ ਹੋਰ ਦੇ ਕੇ ਜਾਵਾਂਗੇ, ਦਵਾਈਆਂ ਤੈਨੂੰ ਦਿਖਾਉਂਦੇ ਹਾਂ ਭਗਤਾ। ਆ ਦਵਾਈ ਦੇਖ, ਹਿਮਾਲਿਆ ਪਰਬਤ ਦੀ ਚੋਟੀ ਤੇ ਉੱਗ ਦੀ ਜੜੀ ਬੂਟੀ ਦੇ ਫਰੰਬਲਾਂ ਦੀ ਬਣੀ ਹੈ। ਮੈਂ ਲਾਇਆ ਹਿਸਾਬ ਬਾਬਾ ਤੁਹਾਡਾ ਉਦਾਂ, ਦਵਾਈਆਂ ਤੁਸੀਂ ਬਹੁਤੀਆਂ ਮੌਤ ਨਾਲ ਖੇਡਦੇ ਬਣਾਉਂਦੇ ਜੀ। ਹੋਰ ਕੀ ਭਗਤਾ, ਬਾਬਿਆਂ ਦੀ ਜ਼ਿੰਦਗੀ ਹਰ ਵਕਤ ਖਤਰੇ 'ਚ ਹੀ ਰਹਿੰਦੀ ਹੈ ਭਗਤਾ। ਆ ਦਵਾਈ ਹੈ ਜਿਹੜੀ,
ਇਹ ਸਮੁੰਦਰ ਦੀਆਂ ਗਹਿਰਾਈਆਂ। ਮੈਂ ਤੈਨੂੰ ਆਖਿਆ ਸੀ ਨਾ ਬਾਬਾ, ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ, ਗੇਮ ਬੜੀ ਤਗੜੀ ਪੈਣੀ ਆ। ਤੂੰ ਕਰ ਹੁਣ ਇੱਥੇ ਰੈਸਟ, ਪਰ ਜਾਣ ਲੱਗਾ ਬੂਹਾ ਮਾਰ ਜੀ, ਮੈਂ ਵੇਖਾਂ ਤੇਰੀਆਂ ਜੜੀਆਂ ਬੂਟੀਆਂ ਕਿੰਨੇ ਕੁ ਖਤਰਨਾਕ ਜੰਗਲਾਂ 'ਚੋਂ ਲਿਆਂਦੀਆਂ, ਵੇਖੀਏ ਕੀ ਇਕੱਠਾ ਕਰੀ ਫਿਰਦਾ। ਬਾਬਾ ਦੇ ਆਸ਼ੀਰਵਾਦ। ਰੰਗੇ ਪੁੱਤ ਆਪਣੀ ਗਰੀਬੀ ਨਹੀਂ ਗਈ, ਇੰਨਾ ਚਿਰ ਹੋ ਗਿਆ ਆਪਾਂ ਨੂੰ ਬੱਕਰੀਆਂ ਦਾ ਕੰਮ ਕਰਦਿਆਂ ਨੂੰ। ਗਰੀਬੀ ਆਪਣੀ ਤਾਂ ਜਾਊਗੀ ਨਾ ਜੇ ਆਪਾਂ ਦੁੱਧ ਵੇਚੀਏ, ਤੇ ਦੁੱਧ ਤਾਂ ਸਾਰਾ ਤੂੰ ਪੀ ਜਾਂਦਾ ਵਾ। ਚੱਲ ਇੱਧਰ ਕੰਮ ਕਰ ਤੂੰ, ਆਪਾਂ ਇੱਧਰ ਕੰਮ ਕਰ। 200, 300, 350 ਕਿੱਡਾ ਜੜੀਆਂ ਬੂਟੀਆਂ ਕਹਿਣ ਡਿਆ ਹੈ, ਬਸ ਵੀ ਉਸ ਵਾਲੀ ਦਵਾਈ ਵਧੀਆ ਹੈ, ਬਾਕੀ ਤਾਂ ਮੈਂ ਮਿੱਟੀ ਇਕੱਠੀ ਕਰੀ ਫਿਰਦਾ। ਸੱਪ ਪਾ ਕੇ ਤਾਂ 350 ਬਣਿਆ, ਹੁਣ ਬਾਕੀ ਪੈਸੇ ਕਿੱਥੋਂ ਆਉਣਗੇ। ਸ਼ਾਹ ਜੀ ਘਰੇ ਹੋ? ਸ਼ਾਹ ਜੀ ਓਏ, ਤੂੰ ਕਿਧਰ ਮੂੰਹ ਚੁੱਕਿਆ ਓਏ? ਸ਼ਾਹ ਜੀ ਤੁਹਾਡੇ ਵਾਲੀ ਮੂੰਹ ਚੁੱਕਣਾ ਹੈ, ਔਰ ਸਾਡੀ ਦੌੜ ਕਿੱਥੋਂ ਤੱਕ ਆ? ਇਹ ਕਿਹਦੀ ਫੜ ਲਿਆ? ਇਹ ਆਪਣੀ ਲਈ ਮੰਡੀ ਚੋਂ, ਸਿੱਧਾ ਮੰਡੀ ਚੋਂ ਲੈ ਕੇ ਆਇਆ ਮੈਂ, ਤੁਹਾਡੇ ਵਾਲੀ ਆਇਆ ਸਿੱਧਾ। ਸਿੱਧਾ ਮੇਰੇ ਵੱਲ ਆ ਗਿਆ, ਮੈਂ ਕੋਈ ਤੁਹਾਡਾ ਵੱਡ ਵਡੇਰਾ ਵਾਂ, ਜਾਂ ਮੈਂ ਇਹਦੇ ਫਾਂਡਾ ਕਰਨਾ, ਲੈ ਜਾ ਘਰ ਇਹਨੂੰ। ਗੱਲ ਪਤਾ ਕੀ ਜੇ, ਮੈਂ ਨਾ ਬੱਕਰੀਆਂ ਦਾ ਸ਼ੁਰੂ ਕੀਤਾ ਬਿਜ਼ਨਸ, ਮੈਨੂੰ ਤਾਂ ਬਸ ਤੁਹਾਡੀ ਕਿਰਪਾ ਚਾਹੀਦੀ, ਮੈਂ ਤਾਂ ਬੱਕਰੀਆਂ ਦੇ ਦੰਦੇ ਲਾ ਦੂੰ ਦੰਦੇ। ਸਿੱਧੀ ਸਿੱਧੀ ਗੱਲ ਦੱਸ, ਕਹਿਣਾ ਕੀ ਚਾਹੁੰਦਾ? ਗੱਲ ਪਤਾ ਕੀ ਜੇ ਸ਼ਾਹ ਜੀ, ਮੈਂ ਨਾ ਬੱਕਰੀ ਦਾ ਮਾਰਿਆ ਸੀ ਸੌਦਾ, ਮੈਂ ਨਾਲ ਪਠੋਰੀ ਦਾ ਵੀ ਸੌਦਾ ਮਾਰ ਲਿਆ ਸੀ, ਪਰ ਮੈਥੋਂ 1000 ਰੁਪਇਆ ਘੱਟ ਗਿਆ ਸੀ, ਅਤੇ ਉਹਨਾਂ ਪਠੋਰੀ ਰੱਖ ਲਈਏ। ਜੇ ਹੁਣ ਆਪਾਂ ਉਹਨਾਂ ਨੂੰ 1000 ਰੁਪਇਆ ਦਿੰਦੇ ਹਾਂ ਨਾ, ਤਾਂ ਪਠੋਰੀ ਲੈ ਲਈਏ, ਪਠੋਰੀ ਤਾਂ ਆਪਣੀ ਉੱਥੇ 2000 ਦੀ ਵਿਕਣ ਡਈ ਹੈ। ਤੁਸੀਂ ਬਸ ਮੈਨੂੰ 1000 ਰੁਪਇਆ ਦਿਓ, ਮੈਂ ਸ਼ਾਮਾਂ ਨੂੰ ਤੁਹਾਨੂੰ 1000 ਤੁਹਾਡਾ ਦੇ ਕੇ, ਜਿਹੜਾ ਉੱਤੇ ਪ੍ਰੋਫਿਟ ਨਹੀਂ ਹੋਣਾ 1000, ਉਹ 'ਚੋਂ 500 ਤੁਹਾਡਾ ਅਤੇ 500 ਮੇਰਾ, ਨਜ਼ਾਰੇ ਆਏ ਨੇ ਆਪਾਂ ਨੂੰ। ਗਰੰਟੀ ਕੀ ਦੇ ਕੇ ਜਾਣਾ? ਬੱਕਰੀ ਰੱਖੋ ਤੁਸੀਂ ਸ਼ਾਹ ਜੀ, ਦੁੱਧ ਪੀਓ, ਸੈੱਲ ਵਧਾਓ, ਮੈਂ ਤਾਂ ਬਸ ਹੁਣੇ ਗਿਆ ਅਤੇ ਸ਼ਾਮਾਂ ਤੱਕ ਤੁਹਾਨੂੰ ਪੈਸੇ ਲਿਆ ਕੇ ਤੁਹਾਡੇ ਹੱਥ 'ਤੇ ਰੱਖ ਦੇਣੇ ਆ। ਜੇ ਸ਼ਾਮਾਂ ਨੂੰ ਨਾ ਆਇਆ ਤਾਂ ਫਿਰ? ਉਹ ਮੈਂ ਤਾਂ ਸ਼ਾਹ ਜੀ ਸ਼ਾਮਾਂ ਤੁਹਾਨੂੰ ਐਵੇਂ ਕਹਿ ਤੀਆਂ, ਮੈਂ ਤਾਂ ਆਉਣ ਜਾਣ ਹੀ ਕਰਨਾ ਵਾਂ, ਛੇਤੀ ਦਿਓ ਪੈਸੇ ਕਿਤੇ ਬੱਕਰੀ ਵਾਲੇ ਨਾ ਮੁੱਕਰ ਜੇ। ਜੇ ਸ਼ਾਮਾਂ ਨੂੰ ਨਾ ਮੁੜੇ ਤਾਂ ਮੈਂ ਵੇਚ ਦੇਣੀ ਹਾਂ, ਤੈਨੂੰ ਪਤਾ ਨਾ ਸਾਡੇ ਖਾਨਦਾਨ ਦਾ, ਅੱਜ ਤੱਕ ਇੱਕ ਰੁਪਈਆ ਨਹੀਂ ਛੱਡਿਆ ਸੀ। ਉਹ ਮਹਾਰਾਜ, ਤੁਹਾਡਾ ਰੁਪਈਆ ਰੱਖਣਾ ਕਹਿੰਦੇ ਆ, ਮਰਦਾ ਤੁਹਾਡਾ ਹੁਣ ਵੀ ਨਹੀਂ। ਦੱਸੋ ਮੈਨੂੰ ਕਿੱਥੇ ਬੰਨਾ? ਉਹ ਬੰਦੇ ਕਿੱਲੇ ਨਾ। ਟੈਨਸ਼ਨ ਨਾ ਲਿਓ, ਮੈਂ ਆਇਆ ਜਾਣ।
ਬੱਕਰੀ ਕਿੱਥੇ ਸਾਡੀ? ਮੇਰੀ ਬੱਕਰੀ? ਉਹੀ ਬੱਕਰੀ ਜਿਹੜੀ ਮੇਰੇ ਸਾਹਮਣੇ ਫੜ ਕੇ ਲਿਆਂਦੀ ਤੂੰ। ਤੁਹਾਡੀ ਬੱਕਰੀ ਸੀ? ਮੈਂ ਤਾਂ ਕਹਿ ਸ਼ਾਹ ਦੀ ਬੱਕਰੀ, ਮੈਂ ਤਾਂ ਸ਼ਾਹ ਦੇ ਕਿਲੇ 'ਤੇ ਬੰਨ ਆਇਆ। ਸਾਹ ਮਾਮਾ ਰਾਹ ਦਾ ਬੱਕਰੀ ਦਾ ਬੱਕਰੀ ਅਸੀਂ ਪਤਾ ਕਿਵੇਂ ਰੀਜਨ ਪਾਲੀ ਆ। ਮੈਨੂੰ ਥੋੜ੍ਹਾ ਪਤਾ ਆ, ਜਾਓ ਲੈ ਲਓ ਫਿਰ। ਚਲੋ ਚਲੀਏ, ਸ਼ਾਹ ਲਾ ਜਾਓ। ਸ਼ਾਹ ਆਇਓ, ਕਿੱਥੇ ਲਗਾ ਕੇ ਬੱਧੀ ਉਹਨੇ ਬੱਕਰੀ ਆਪਣੀ? ਉਹ ਹੱਥ ਨਾ ਲਾਏ ਬੱਕਰੀ ਨੂੰ। ਤੇਰੀ ਜੁਰਤ ਕਿੱਦਾਂ ਬਾਈ ਬੱਕਰੀ ਨੂੰ ਹੱਥ ਲਾਉਂਦੀ? ਬੱਕਰੀ ਦੀ ਸ਼ਾਹ ਮੇਰੀ ਆ। ਐਵੇਂ ਤੇਰੀ ਆ? ਮੈਂ ਗਹਿਣੇ ਲਈ ਆ। ਸ਼ਾਹ ਗਹਿਣੇ ਕਿਹਦੇ ਕੋਲ ਲਈ? ਬੱਕਰੀ ਤੇ ਇਹਦੀ ਆ। ਮੈਂ ਨਾ ਕਹਿੰਦਾ ਸੁੱਖੇ ਕੋਲ ਗਹਿਣੇ ਲਈ ਆ। ਨਾ ਕਹਿੰਦਾ ਸੁੱਖਾ ਮਾਮਾ ਲੱਗਦਾ, ਪਤਾ ਕਿੱਡੀਆਂ ਰੀਝਾਂ ਨਾਲ ਪਾਲੀ ਮੈਂ। ਮੈਨੂੰ ਨਹੀਂ ਪਤਾ ਮਾਮਾ ਲੱਗਦਾ ਕੀ ਲੱਗਦਾ। ਉਹ 1000 ਰੁਪਇਆ ਲੈ ਕੇ ਗਿਆ ਮੇਰੇ ਕੋਲੋਂ। ਉਹ ਆਂਦਾ ਮੈਂ ਸ਼ਾਮਾਂ ਨੂੰ 1000 ਰੁਪਇਆ ਦੇ ਦੂੰਗਾ ਤੇ ਬੱਕਰੀ ਲੈ ਜਾਊਂਗਾ। ਉਹ ਜਾ ਸ਼ਾਹ ਡਿੱਕੀਆ ਨੂੰ ਗੇਮ ਪਾ ਗਿਆ ਤੈਨੂੰ। ਉਹ ਮੇਰੇ ਸਾਹਮਣੇ ਬੱਕਰੀ ਚੁੱਕ ਕੇ ਲਿਆ। ਉਹ ਜਾ ਓਏ ਸ਼ਾਹ, 1000 ਰੁਪਇਆ ਮਰਵਾ ਲਿਆ। ਤੇਰੇ ਵੱਡਿਆਂ ਬਜ਼ੁਰਗਾਂ ਨੇ ਕਦੀ ਰੁਪਇਆ ਨਹੀਂ ਮਰਨ ਦਿੱਤਾ। ਜਾ ਮਨੋ ਹੀ ਲੈ ਗਿਆ ਵਾ, ਦੇ ਗਰੀਬ ਦੀ ਬੱਕਰੀ। ਕੋਈ ਨਹੀਂ, ਕਢਾ ਲਿਓ ਮੈਂ 1000 ਰੁਪਇਆ। ਜੇ ਸਾਡੇ ਬਜ਼ੁਰਗਾਂ ਨੇ ਨਹੀਂ ਮਰਨ ਦਿੱਤੇ, ਮਰਨ ਮੈਂ ਵੀ ਨਹੀਂ ਦਿੰਦਾ। ਕਢਾਉਂਦਾ ਰਹੀ ਤੇਰੇ ਦਾਣ। ਭਲਵਾਨ ਸਟੋਵ ਹੀ ਲਈ ਆਈ? ਕਿੱਦਾਂ ਫਿਰ? ਵਧੀਆ, ਤੇਲ ਘੱਟ ਗਿਆ ਨਹੀਂ? ਇੱਕ ਸਟੋਵ ਸਾਂਭਿਆ ਉੱਤੋਂ ਇਲਜ਼ਾਮ ਲਾਉਣ ਡਿਆ ਯਾਰ, ਅਸੀਂ ਤੇਲ ਵੇਚਣਾ ਸੀ। ਉਹ ਮੈਂ ਉੱਦਾਂ ਕਹਿਣ ਡਿਆ, ਕਿਤੇ ਚੁੰਦਾ ਚਾਹੁੰਦਾ ਤਾਂ ਨਹੀਂ ਇਹਨੂੰ, ਮੈਂ ਠੀਕ ਕਰਾਵਾਂ। ਆਹੋ, ਆਈ ਕਿਤੇ ਪਿੰਡ? ਆਵਾਂਗੇ। ਚਾਹ ਪਿਆਉਂਦੇ ਤੈਨੂੰ? ਆਵਾਂਗੇ। ਠੀਕ ਆ। ਹੁਣ ਕਿਹਨੂੰ ਲੱਭਣ ਡਿਆ ਆ? ਉਹਨੂੰ ਤੇ ਅਸੀਂ ਡਾਂਗਾ ਮਾਰ ਮਾਰ ਪਿੰਡੋਂ ਭਜਾ ਤਾ ਆ। ਕਿਹਨੂੰ? ਉਪਰਾ ਜਿਹਾ ਬੰਦਾ ਫਿਰਦਾ ਸੀ ਘਰ ਤੇਰੇ। ਜੇ ਕੋਈ ਚੀਜ਼ ਚੂਜ਼ ਚੁੱਕੀ ਗਈ ਤਾਂ ਤੁਹਾਡਾ ਨਾਂ ਲਾ ਦੇਣਾ। ਬੂਹੇ ਆਪਣੇ ਬੰਦ ਕਰਕੇ ਜਾਇਆ ਕਰ। ਭਜਾ ਤਾ ਫਿਰ ਉਹਨੂੰ? ਉਹਦੀ ਤਾਂ ਤਸੱਲੀ ਇੱਦਾਂ ਦੀ ਕਰਾਈ ਆ, ਪਿੰਡ ਵੱਲ ਮੂੰਹ ਨਾ ਕਰੂ ਕਦੀ ਉਹ। ਸ਼ਾਬਾਸ਼ ਪੁੱਤ ਮੇਰੇ ਦੇ, ਐਦਾਂ ਮਗਰੋਂ ਧਿਆਨ ਰੱਖਿਆ ਕਰ। ਜੇ ਮੈਂ ਫਿਲਮਾਂ 'ਚ ਚੱਲ ਗਿਆ ਨਾ, ਤੇਰੀ ਆਲੀਆ ਭੱਟ ਨਾਲ ਫੋਟੋ ਕਰਾਊਂਗਾ। ਜਾਓ ਲੱਸੀ ਲੁੱਸੀ ਪੀ ਜਾ ਗੇ, ਤੇਰਾ ਨਸ਼ਾ ਲੱਥੇ ਮਾਮਾ ਆਲੀਆ ਭੱਟ ਦਾ। ਸਾਲਾ ਜਵਾਕ ਜਿਹਾ ਸ਼ਰਮਿੰਦਾ ਹੀ ਕਰ ਗਿਆ। ਕਿੱਥੇ ਲੁਕਿਆ ਠੱਗਾ? ਕਿੱਥੇ ਤੇਰਾ ਪਠੋਰਾ? ਚੋਰੀ ਦੀ ਬੱਕਰੀ ਦੇ ਕੇ ਮੈਂ ਇੱਥੋਂ 1000 ਰੁਪਇਆ ਲੈ ਆਇਆ। ਕੱਢ ਮੇਰਾ 1000 ਰੁਪਇਆ। ਕਿਹੜਾ 1000 ਰੁਪਇਆ? ਜਿਹੜਾ ਬੱਕਰੀ ਦੇ ਕੇ ਲੈ ਕੇ ਆਇਆ। ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ, ਤੂੰ ਮੇਰੀ ਬੱਕਰੀ ਦੇ ਦੇ, ਮੈਂ ਤੈਨੂੰ 1000 ਰੁਪਇਆ ਦੇ ਦੇਣਾ। ਬੱਕਰੀ ਤੇ ਘੁੱਦੇ ਕੀ ਸੀ? ਤੇ ਫਿਰ ਘੁੱਦੇ ਕੋ ਲੱਲਾ। ਪੈਸੇ ਤੇ ਤੂੰ ਲੈ ਕੇ ਆਇਆ ਨਾ ਮੈਂ ਇੱਥੋਂ। ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ। ਉਹ 1000 ਬੱਕਰੀ ਤੇ ਘੁੱਦੇ ਕੀ ਸੀ? ਤੇ ਫਿਰ ਘੁੱਦੇ ਕੋ ਲੱਲਾ। ਪੈਸੇ ਤੇ ਤੂੰ ਲੈ ਕੇ ਆਇਆ। ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ। ਬੱਕਰੀ ਤੇ ਘੁੱਦੇ ਕੀ ਸੀ? ਆਹ ਤਾਂ ਫਿਰ ਘੁੱਦੇ ਕੋ ਲੱਲਾ। ਮੈਂ ਤੇਰਾ 1000 ਰੁਪਇਆ ਨਹੀਂ ਦੇਣਾ ਬੱਕਰੀ ਦਾ। ਆ ਗਿਆ ਨਾ ਗੱਲ ਤੇ, ਵੇਖ ਲਾ। ਉਹ ਮੇਰਾ ਦਿਮਾਗ ਖਰਾਬ ਹੋ ਗਿਆ ਓਏ, ਉਹ ਮੇਰਾ ਦਿਮਾਗ। ਮੈਂ ਤੈਨੂੰ ਪਹਿਲਾਂ ਹੀ ਆਖਣ ਡਿਆ ਸ਼ਾਹ, ਤੂੰ ਇਹ ਲੱਗਿਆ ਵਾਂ ਐਵੇਂ ਜਣੇ ਖਣੇ ਕੋਲ ਪੈਸੇ ਮੰਗੀ ਜਾਂਦਾ। ਉੱਧਰ ਮੈਨੂੰ ਪੌਣੀ ਨਹੀਂ ਲੱਭਣ ਦੀ, ਚਾਹ ਬਣਾਉਣ ਨੂੰ ਤੂੰ 1000-1000 ਲਾਇਆ ਵਾ। ਉਹ ਮੈਨੂੰ ਆਉਂਦੇ ਆ ਕਢਾਉਣੇ, ਕਢਾ ਲੂੰ ਮੈਂ। ਤੂੰ ਤਿਆਰ ਰਵੀ ਹੁਣ। ਉਹ ਮੈਂ ਸ਼ਾਹ ਤਿਆਰ ਹੀ ਰਹਿੰਦਾ ਵਾਂ, ਤੂੰ ਠੰਡਾ ਹੋ। ਚਾਹ ਪੀਨੀ ਆ ਥੋੜ੍ਹੀ ਥੋੜ੍ਹੀ। ਚਾਹ ਤੇ ਤੈਨੂੰ ਮੈਂ ਪਿਆਉਂ, ਉਹ ਵੀ ਜੇਲ੍ਹ ਦੀ। ਤੈਨੂੰ ਨਹੀਂ ਪਤਾ ਤੂੰ ਕਿੰਨਾ ਦਾ ਪੰਗਾ ਪਾ ਲਿਆ। ਉਹ ਜਾ ਕੰਮ ਕਰ। ਆਹ
ਆਹ ਡੱਕਾ ਲੱਗਦਾ ਸ਼ਾਹ ਦੇ ਯਾਰਾਂ ਨੂੰ ਫਸ ਹੀ ਗਿਆ, ਇਹ ਨਹੀਂ ਨਿਕਲਦਾ ਹੁਣ। ਡੱਕੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸ਼ਾਹ ਦਾ ਯਾਰ ਨਹੀਂ ਫਸਦਾ, ਵੇਖੀ ਘਰ ਦੇਣ ਆਊਗਾ ਉਹ। ਉਹ ਜਾ ਜਾ, ਮੁਸ਼ਕਲ ਲੱਗਦਾ ਸ਼ਾਹ ਹੁਣ। ਇਹਦੀ ਗੱਲ ਲੋਕਾਂ ਦੇ ਚੁੱਲ੍ਹੇ ਤੱਕ ਪਹੁੰਚ ਗਈ ਆ, ਬੜੀ ਨਮੋਸ਼ੀ ਵਾਲੀ ਗੱਲ ਆ, ਕੀ ਹੱਲ ਕਰੀਏ ਹੁਣ ਦਾ। ਹਾਂ, ਹੱਲ ਤਾਂ ਇਹਦਾ ਇੱਕ ਬੰਦਾ ਕਰ ਸਕਦਾ, ਪਰ ਉਹ ਆਪ ਬੜਾ ਵੱਡਾ ਠੱਗ ਆ, ਕਹਿੰਦੇ ਹੁੰਦੇ ਨਾ ਲੋਹੇ ਨੂੰ ਲੋਹਾ ਕੱਢਦਾ, ਪੈਸੇ ਤਾਂ ਉਹਨੇ ਵੀ ਲੈਣੇ ਆ। ਚੱਲ ਗੱਲ ਤਾਂ ਪੜਦੇ ਜੀ ਰਹੂਗੀ, ਉਹਦੇ ਹੱਲ ਜਾਣਾ, ਨਹੀਂ ਤਾਂ ਨਿੱਕੇ ਨਿੱਕੇ ਜਵਾਕਾਂ ਨੇ ਮਖੌਲ ਕਰਕੇ ਮਾਰ ਦੇਣਾ। ਸਾਹਿਬ ਬਹਾਦਰ ਰੱਖੋ ਇਹਨਾਂ ਨੂੰ ਪੰਜ ਚਾਰ ਦਿਨ ਜੇ ਹੋਰ ਅੰਦਰ, ਮਾਰੋ ਪੰਜ ਪੰਜ ਸੱਤ ਸੱਤ ਪੜੇ ਇਹਨਾਂ ਦੇ ਹੋਰ, ਬੰਦੇ ਬੜੇ ਲੀਚੜਾਂ ਨੇ, ਕੋਈ ਪੈਸੇ ਕਢਾਉਣੇ ਕਿਤੇ ਸੌਖੀ ਗੱਲ ਨਹੀਂ ਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਆ ਚੱਲ ਭਾਣਾ ਜੀ, ਆਓ ਸ਼ਾਹ ਜੀ, ਆਓ ਸ਼ਾਹ ਜੀ, ਭਲੇ ਆ ਮੁੰਡਿਆ ਸ਼ਾਹ ਜੀ, ਕੁਰਸੀ ਫੜ ਕੇ ਬੜੇ ਮਿਸਤਰੀ ਲਾ ਦੇ ਜੀ, ਕੀ ਰੰਭ ਦਾ ਜੀ? ਇਹ ਤੁਹਾਡੇ ਵਰਗੇ ਸੱਜਣ ਵਾਲੀ ਗੈਸਟ ਹਾਊਸ ਬਣਾਉਣ ਡੇ ਆ, ਉਹ ਹਾਈਵੇ ਰੋਡ ਨਹੀਂ ਨਿਕਲਣ ਡਿਆ, ਉਹ ਆਪਣੇ ਸੱਜਣ ਮਿੱਤਰ ਦਾ ਪੱਠਾ ਵੇਚ ਆਉਂਦਾ, ਉਹ ਮਾੜਾ ਜਿਹਾ ਸੈਂਟਰ 'ਤੇ ਫੋਨ ਲਾ ਕੇ ਸੜਕ ਮੜ ਗਈ ਸਾਈਡ ਨੂੰ ਕਰਾਈ ਆ, ਉਹ ਟਰੱਕ ਕਿੱਟਣ ਦਾ ਸੁੱਟ ਗਿਆ ਤਾਂ ਆਪਾਂ ਕੰਮ ਸ਼ੁਰੂ ਕਰਤਾ, ਤੁਸੀਂ ਕਿੱਧਰ ਚੱਕਰ ਮਾਰਿਆ? ਸਾਡਾ ਮਸਲਾ ਤਾਂ ਸੈਂਟਰ ਲੈਵਲ ਦਾ ਨਹੀਂ ਭਾਣਾ ਜੀ, ਸਾਡਾ ਮਸਲਾ ਪੰਚਾਇਤ ਲੈਵਲ ਦਾ, ਅਤੇ ਗੱਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ। ਉਹ ਜੇ ਮੇਥੋਂ ਹੀ ਗੱਲ ਛੁਪੀ ਰਹਿ ਗਈ ਤਾਂ ਮੈਨੂੰ ਭਾਣਾ ਕਿਹਨੇ ਕਹਿਣਾ, ਮੈਨੂੰ ਤਾਂ ਉਹ ਗੱਲ ਦਾ ਵੀ ਪਤਾ ਹੁੰਦਾ ਵਾ ਜਿਹੜੀ ਅਜੇ ਹੋਣੀ ਹੁੰਦੀ ਆ, ਤੁਹਾਡੀ ਗੱਲ ਦਾ ਤਾਂ ਖਲਾਰਾ ਹੀ ਬੜਾ ਪੈ ਗਿਆ। ਕਰੋ ਫਿਰ ਕੋਈ ਮਸਲਾ ਹੱਲ। ਕਰ ਦਿੰਦੇ ਮਸਲਾ ਹੱਲ, ਕੋਈ ਚੱਕਰ ਨਹੀਂ ਆ। ਮੁੰਡਾ ਆਖਣ ਡਿਆ ਕਿ ਛੋਟੇ ਕਮਰੇ 'ਚ ਭਾਪਾ ਜੀ ਟੈਲਾਂ ਲਵਾ ਲਈਏ, ਤੁਹਾਡੀ ਕੀ ਸਲਾਹ ਵਾ? ਟੈਲਾਂ ਸਿੰਪਲ ਪਰਸਨ ਆ ਨਾ ਸਰੂਗਾ, ਤੁਹਾਡੀ ਇੱਥੇ ਦੇ ਹਿਸਾਬ ਨਾਲ ਸ਼ਾਹ ਜੀ ਟੈਲਾਂ ਕੁਝ ਨਹੀਂ ਆ, ਜਿੰਨੀ ਇਲਾਕੇ 'ਚ ਥੂ ਥੂ ਹੋ ਗਈ ਆ। ਇੱਕੋ ਕਮਰੇ 'ਚ ਕਹਿੰਦਾ ਵਾ ਨਾ ਮੁੰਡਾ? ਬਸ ਇੱਕੋ ਕਮਰੇ 'ਚ ਆਖਣ ਡਿਆ। ਚਲੋ ਭਰ ਲੈਂਦੇ ਕੌੜਾ ਘੁੱਟ, ਪੁੱਤ ਬਣਾਉਣਾ ਉਹਨੂੰ, ਪਟਾਰੀ ਨਾ ਫਰਾਉਣਾ ਜੀ ਉਹਦੇ, ਉਹਨੂੰ ਪਟਾ ਫਰਾ ਕੇ ਉਹ 'ਚ ਕੋਈ ਕੱਢੋਗੇ ਕੀ? ਉਹਦੇ ਖਿੱਦੋਂ ਬਾਹਰ ਲੀਰਾਂ ਨਿਕਲਣੀਆਂ, ਉਹਦੇ ਪੱਲੇ ਕੀ ਆ? ਕਿਸੇ ਦੇ ਘਰ 'ਚ ਤੋਂ ਰਹਿਣ ਡਿਆ ਵੀ ਇੱਕੋ ਉਹਦੇ ਕੁਛ ਟੋਪ ਆ, ਉਹਨੂੰ ਚੁੱਕ ਕੇ ਉਹ ਭੱਜੀ ਜਾਂਦਾ ਚਾਰ ਛੇ ਫੇਰੇ। ਮਸਲਾ ਕਿ ਹੋਰ ਤਰੀਕੇ ਨਾਲ ਹੱਲ ਕਰਦੇ ਹਾਂ। ਕਰੋ ਫਿਰ ਰੁਪਈਆ ਲੱਗਣਾ ਯਾਰ ਤੁਹਾਡਾ, ਹੋਰ ਯਾਰ ਹੋਰ ਉਹ ਤੁਹਾਡਾ ਵਾਪਸੀ ਆ ਜਾਣਾ ਵਾ, ਆਪਾਂ ਨੂੰ ਰੁਪਈਆ ਹਜ਼ਾਰ ਦੇਣਾ ਵਾ ਕਿ ਸ਼ਾਹ ਨੂੰ ਚੌਵਾਂ ਬੰਦਿਆਂ ਦੇ ਸਾਹਮਣੇ ਨਾ ਪੈਸੇ ਮੁੜ ਦੇ। ਜਦੋਂ ਉਹਨੇ ਚੌਵਾਂ ਬੰਦਿਆਂ ਸਾਹਮਣੇ ਪੈਸੇ ਮੁੜਤੇ, ਜਦੋਂ ਤੁਹਾਡੇ ਹੱਥੇ ਪੈਸੇ ਆ ਗਏ, ਪਿੰਡ 'ਚ ਲਾਲਾ ਲਾਲਾ ਹੋਏ ਨਹੀਂ ਕਿ ਸ਼ਾਹ ਦੇ ਪੈਸੇ ਨਿਕਲ ਗਏ, ਸ਼ਾਹ ਦੇ ਪੈਸੇ ਕਢਾ ਲਏ ਆ, ਤਾਂ ਬਸ ਤੁਹਾਡਾ ਮਸਲਾ ਹੱਲ ਹੋਣਾ, ਤੁਹਾਡੀ ਇੱਜ਼ਤ ਵਾਪਸ ਆਈ ਨਹੀਂ ਆ। ਭਾਣਾ ਜੀ ਜੇ ਤੂੰ ਇਹ ਕੰਮ ਕਰਦੇ ਨਾ ਤਾਂ ਮੇਰੀ 10 ਸਾਲ ਜ਼ਿੰਦਗੀ ਹੋਰ ਵੱਧ ਜੇ, ਮੈਂ ਤਾਂ ਬੜਾ ਕਸੂਤਾ ਫਸ ਗਿਆ, ਇਹਨੂੰ ਪੈਸੇ ਦੇ ਦੇ, ਕਰੋ ਮੇਰਾ ਕੋਈ ਹੱਲ। ਉਹ ਅਜੂ ਮਸਲਾ ਹੱਲ, ਤੁਸੀਂ ਟੈਨਸ਼ਨ ਫਰੀ ਜਾਓ। ਲੈ ਬਈ ਟੈਲਾਂ ਦਾ ਹੋ ਗਿਆ ਜੀ ਇੰਤਜ਼ਾਮ, ਮਿਸਤਰੀ ਸਾਹਿਬ ਕਰੋ ਕੰਮ ਸ਼ੁਰੂ, ਮਾਰੋ ਫੀਤਾ ਫੂਤਾ ਛੋਟੇ ਕਮਰੇ ਨੂੰ। ਕੀ ਹਾਲ ਭਾਣਾ ਜੀ, ਬੜਾ ਸਵੱਚ ਨਹਾਈ ਜਾਂਦੇ ਦਈ ਨਾ। ਓਏ ਆਓ ਸ਼ਾਹ ਜੀ, ਨਹਾਉਣਾ ਨਹਾਉਣਾ ਕੀ ਆ, ਉਹ ਪਿੰਡ ਵਾਲਾ ਮੁੰਡਾ ਨਹੀਂ ਜਿਹੜਾ ਡੇਅਰੀ ਵਾਲਾ, ਉਹਦਾ ਮਾੜਾ ਜਿਹਾ ਨਿਗਾਹ ਜਿਹਾ ਕੰਮ ਕਢਾਇਆ ਸੀ, ਉਹ ਘਰ ਦਈ ਦੇ ਗਿਆ, ਉਹ ਨਿਆਣਿਆਂ ਨਿਆਣਿਆਂ ਚਲੋ ਜਿੰਨਾ ਕੁ ਖਾਣਾ ਸੀ ਖਾ ਲਿਆ ਵਾ, ਬਾਕੀ ਵਧਿਆ ਸੀ, ਮੈਂ ਚਲੋ ਸਿਰ 'ਚ ਪਾਲੀ ਨੇ ਨਾਲੇ ਦਿਮਾਗ ਨੂੰ ਠੰਡ ਪੈ ਜੂਗੀ। ਨਹੀਂ ਆਪਣੇ ਕੋਲ ਵਾਧੂ ਪਿਆ ਵਾ, ਤੁਸੀਂ ਵੀ ਲਾਉਣੀ ਇੱਕ ਤਾਰੀ ਨਿੱਕੀ ਜੀ ਲਾ ਲਓ, ਤੁਹਾਡਾ ਵੀ ਦਿਮਾਗ ਕਿਤੇ ਠੰਡ ਪਵੇ। ਭਾਣਾ ਜੀ ਮੈਨੂੰ ਦਹੀਂ ਨਾਲ ਠੰਡ ਨਹੀਂ ਪੈਣੀ, ਮੇਰਾ ਤਾਂ ਕੰਮ ਕੱਢੋ ਕਿ ਫਿਰ ਠੰਡ ਪੈਣੀ ਆ, ਇਹ ਤੁਸੀਂ ਲੋਕਾਂ ਦੇ ਕੰਮ ਕਢਾਈ ਜਾਂਦੇ, ਸਾਡਾ ਤੁਸੀਂ ਕੰਮ ਨਹੀਂ ਕੱਢਦੇ। ਉਹ ਤੁਹਾਡੇ ਕੰਮ ਹੀ ਚੱਲਿਆ ਮੈਂ, ਜਿਹੜਾ ਉਹਨੂੰ ਰੁਪਈਆ ਹਜ਼ਾਰ ਦੇਣਾ ਉਹ ਤਾਂ ਬਣਾਓ। ਹਾਲੋ, ਉਹ ਮੇਰੇ ਹੱਥ ਗਿੱਲੇ ਆ, ਉਹ ਮੇਰੇ ਕੁੜਤੇ 'ਚ ਪਾ ਦੇ। ਹੈਲੋ, ਚੰਗਾ ਫਿਰ। ਉਹ ਜਿਹੜੇ ਸ਼ਾਹ ਜੀ ਤੁਹਾਨੂੰ ਮਖੌਲ ਕਰਦੇ ਸੀ ਨਾ, ਉਹਨਾਂ ਨੂੰ ਸੁਨੇਹਾ ਕਰ ਦਿਓ ਕਿ ਅੱਜ 12 ਵਜੇ ਤੱਕ ਪੈਸੇ ਕਢਾਉਣੇ ਆ, ਮੈਂ ਲਿਆਉਣਾ ਉਹਨੂੰ ਗਲੋਂ ਫੜ ਕੇ, ਬੇਫਿਕਰ ਹੋ ਕੇ ਜਾਓ ਤੁਸੀਂ।
ਨਿਕਲੇ ਪੈਸੇ ਕੀ ਗੇੜੇ ਵੱਜਣ ਡਏ ਆ? ਗੇੜੇ ਨਹੀਂ ਵੱਜਦੇ ਹੁਣ, ਅੱਜ ਆ ਪੈਸੇ ਦੇਣਾ ਹੋਊਗਾ ਵੀ ਬੋਰਡ ਥੱਲੇ, ਉਹ ਵੀ 12 ਵਜੇ ਤੋਂ ਪਹਿਲਾਂ। ਆ ਤੈਨੂੰ ਵਿਖਾਉਣਾ ਸ਼ਾਹ ਦੀ ਪਾਵਰ, ਦੇਖ ਲੈਂਦੇ ਸ਼ਾਹ ਤੇਰੀ ਪਾਵਰ ਹੀ, 12 ਵੱਜਣ ਹੀ ਵਾਲੇ ਆ, ਪਰ ਗੰਗਾ ਗਈਆਂ ਹੱਡੀਆਂ ਨਹੀਂ ਮੁੜੀਆਂ ਕਦੀ। ਕੋਈ ਨਹੀਂ, ਆ ਮੋੜ ਲਿਆਉਂਦੇ ਆ, ਚੱਲ ਵੇਖ ਲੈਂਦੇ ਆ। ਬੜੀ ਮਾੜੀ ਲੱਕੜਾਉਣ ਲੱਗ ਪਈ ਆ ਵੀ, ਅਜੇ 20 ਸਾਲ ਨਹੀਂ ਹੋਏ ਮੰਜਾ ਬਣਾਏ ਨੂੰ ਤੇ ਟੁੱਟ ਵੀ ਗਿਆ। ਸੁੱਖਿਆ ਕਰੀ ਆ। ਓ ਆਹ ਭਾਨਾ ਜੀ, ਆਹ ਭਾਨਾ ਜੀ, ਕਿੱਥੇ ਬਹਾਲੀਏ ਤੈਨੂੰ, ਮੰਜਾ ਹੀ ਟੁੱਟ ਗਿਆ। ਇੱਟ ਫੜਾ। ਇੱਟ ਮਾਰਨੀ ਮੇਰੇ? ਓ ਬਹਿਣ ਨੂੰ, ਇੱਕ ਤੇ ਤੂੰ ਬਹਿ ਜੀ, ਇੱਕ ਤੇ ਮੈਂ ਬਹਿ ਜੂੰਗਾ। ਮੈਂ ਇੱਥੇ ਇੱਟ ਤੇ ਬਹਿ ਕੇ ਬਾਰਾਂ ਟਾਣੀ ਨਹੀਂ ਖੇਡਣ ਆਇਆ ਤੇਰੇ ਨਾਲ, ਮੈਂ ਆਇਆ ਤੇਰੇ ਨਾਲ ਕੰਮ ਦੀ ਗੱਲ ਕਰਨ। ਓ ਕੰਮ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ, ਚਾਹ ਬਣਾਉਣਾ ਮੈਂ ਥੋੜ੍ਹੀ ਥੋੜ੍ਹੀ। ਮੈਂ ਜੋਗੀ ਨਹੀਂ ਆ ਕਿ ਤੇਰੀਆਂ ਗੱਲਾਂ 'ਚ ਆ ਜਾਊਂਗਾ, ਮੈਂ ਸਭ ਸਮਝਦਾ ਤੈਨੂੰ। ਉਹ ਭਰਾਵਾ ਮੇਰਾ ਫਰਜ਼ ਆ ਤੈਨੂੰ ਘਰ ਆਏ ਨੂੰ ਚਾਹ ਪੁੱਛਣੀ, ਬਾਕੀ ਤੂੰ ਸਮਝਦਾ ਰਿਹਾ ਤਾਂ ਤੇਰੀ ਮਰਜ਼ੀ। ਸਮਝਦਾਰ ਤਾਂ ਮੈਂ ਹੈਗਾ ਵਾਂ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੱਲੇ ਤੇਰੇ ਕੱਖ ਨਹੀਂ ਆ, ਤਿਆਰ ਬਹਿਰ ਹੋ ਕੇ ਤੂੰ ਸਦਾ ਰਹਿੰਦਾ। ਉਹ ਇਹ ਤਾਂ ਸ਼ੁਰੂ ਤੋਂ ਰੀਤ ਹੀ ਆ, ਜਿੰਨਾ ਬੰਦਾ ਘਰੋਂ ਨੰਗ ਹੋਵੇ ਉਨਾ ਬਾਹਰ ਤਿਆਰ ਹੋ ਕੇ ਰਹਿੰਦਾ ਵਾ। ਨਾਲੇ ਪੱਲੇ 4 ਕੁ ਸਾਲ ਪਹਿਲਾਂ ਤੇਰੇ ਵੀ ਕੁਝ ਨਹੀਂ, ਤੂੰ ਵੀ ਆਹ ਟੌੜਪੁਣਾ ਕਰਕੇ ਕੋਠੀਆਂ ਪਾਈਆਂ ਵਾ, ਆਪੇ ਹੀ ਬੰਦਾ ਫੜਾ ਲੈਂਦਾ ਵਾ, ਆਪੇ ਹੀ ਛਡਾ ਲੈਂਦਾ ਵਾ। ਤੇਰਾ ਸੂਤਰ ਆ, ਤੂੰ ਮੁਰਗੀ ਫੜਦਾ ਕਿਸੇ ਦੇ ਰਾਹੀਂ, ਮੈਂ ਮੁਰਗੀ ਫੜਦਾ ਡਾਇਰੈਕਟ। ਪਰ ਜਿਹੜੀ ਮੁਰਗੀ ਤੂੰ ਫੜੀ ਆ ਨਾ, ਉਹ ਮਰਨ ਵਾਲੀ ਹੋ ਗਈ। ਉਹ ਕੌਣ? ਸ਼ਾਹ। ਉਹ ਸ਼ਾਹ ਤੇਰੇ ਕੋਲ ਵੀ ਪਹੁੰਚ ਗਿਆ 1000 ਬਦਲੇ? ਉਹ ਆਂਦਾ 1000 ਵਾਲੀ ਗੱਲ, ਸਾਰੇ ਪਿੰਡ 'ਚ ਉੱਡ ਗਈ ਆ, ਹੁਣ ਮੇਰਾ ਭਾਵੇਂ 20000 ਲੱਗ ਜੇ ਭਾਵੇਂ 30000 ਲੱਗ ਜੇ, ਉਹਦੇ ਕੋਈ 1000 ਕਢਾ ਕੇ ਛੱਡਣਾ ਵਾ, ਗੱਲ ਸਾਰੀ ਆ ਗਈ ਇੱਜ਼ਤ ਦੀ। ਇਹਦਾ ਮਤਲਬ ਆਪਾਂ ਨੂੰ ਗੱਫੇ ਆਉਣ ਵਾਲੇ ਆ। ਉਹ ਕਿੱਦਾਂ? ਵੇਖ, ਸ਼ਾਹ ਵਰਗੀਆਂ ਜਜ਼ਬਾਤੀ ਸਾਮੀਆਂ ਰੋ ਰੋ ਦਾ ਨਹੀਂ ਆਉਂਦੀਆਂ, ਅਤੇ ਜੇ ਦਾ ਆਈ ਆ ਨਾ ਤਾਂ ਸੁੱਕੀ ਛੁੱਟ ਜੇ, ਅਤੇ ਲਾਂਤੀ ਆ ਫਿਰ ਆਪਣੇ 'ਤੇ। ਕੰਮ ਤਾਂ ਆਪਾਂ ਇਹੋ ਕਰਨੇ ਆ, ਐਵੇਂ ਡੱਡੀਆਂ ਮੱਛੀਆਂ ਫੜਦੇ ਫਿਰਦੇ ਹਾਂ, ਜਦੋਂ ਵੇਲ ਮੱਛੀ ਦਾ ਆਈ ਆ ਤਾਂ ਰਗੜ ਦੀਏ। ਅਤੇ ਕੀ ਪਲੈਨ ਹੈ ਤੇਰਾ ਫਿਰ? ਪਲੈਨ ਮੇਰੇ ਦਿਮਾਗ 'ਚ 2 ਆ ਗਏ। ਪਰ ਆਪਣੇ ਕੋਲ ਟਾਈਮ ਹੈ ਨਹੀਂ, ਉਹ ਤਪਿਆ ਫਿਰਨ ਡਿਆ, ਉਹਦਾ ਕੋਈ ਪਤਾ ਨਹੀਂ ਕਿ ਹੁਣੇ ਇੱਥੇ ਆ ਜੇ। ਤਾਂ ਚੰਗੀ ਗੱਲ ਹੈ, ਫਿਰ ਤਾਂ ਆਪਣਾ ਪਲੈਨ ਨੰਬਰ 1 ਹੀ ਚੱਲ ਜੂਗਾ। ਅਤੇ ਪਲੈਨ ਨੰਬਰ 1 ਕੀ ਹੈ ਤੇਰਾ? ਆ ਤੇ ਹੋਈ ਨਾ ਗੱਲ, ਪਰ ਉੱਚ ਮੈਨੂੰ ਤੇਰੀ ਲੋੜ ਪੈਣੀ ਆ। ਮੈਂ ਬਿਲਕੁਲ ਹਾਜ਼ਰ ਹਾਂ ਤੇਰੇ ਨਾਲ, ਫੋਨ ਫਾਨ ਕਰਨੇ ਪੈਣੇ। ਮੈਂ ਨਾ 4 ਸਵੇਰੇ ਘੁਮਾ ਦਾਂਗੇ। ਆ ਜਾ ਫਿਰ। ਲੈ ਸ਼ਾਹ ਚੱਲ ਗਈ ਸਾਰੇ, ਤੈਨੂੰ ਕਿਹਾ ਸੂਰਜ ਇੱਧਰੋਂ ਇੱਧਰ ਚੜ੍ਹ ਜੂਗਾ, ਪਰ ਤੇਰੇ ਪੈਸੇ ਨਹੀਂ ਨਿਕਲਣੇ, ਅਜੇ ਵੀ ਬਹਿ ਜਾ ਕਿਤੇ ਟੇਕੇ। ਇਹ ਟਾਈਮ ਦੇ ਕੇ ਨਹੀਂ ਆਇਆ ਮੈਂ, ਬੰਦੇ ਇਕੱਠੇ ਕੀਤੇ, ਘਰੇ ਚੱਲਦਾ ਦੇ। ਹਾਂ ਹੁਣ ਕਿਉਂ ਨਹੀਂ ਆਏ ਮੇਰੇ ਪੈਸੇ ਦੇਣ? ਹੁਣ ਤਾਂ ਮੈਂ ਕੋਲੋਂ 1000 ਦਿੱਤਾ ਸੀ ਨਾ।
ਓਏ ਆ ਕੀ ਕਰਤਾ ਜੀ ਓਏ, ਉਹ ਮੇਰਾ ਲੱਖਾਂ ਦਾ ਘੜਾ ਤੋੜਤਾ ਜੀ ਓਏ। ਕਿਹੜਾ ਲੱਖਾਂ ਦਾ, 100-100 ਦੇ ਦੱਸ ਕਿੰਨੇ ਚਾਹੀਦੇ ਨਾਲ ਦੇ। ਓਏ 100 ਵਾਲਾ ਨਹੀਂ, ਉਹ ਇਤਿਹਾਸਿਕ ਕੜਾ ਸੀ, ਇਹ ਸੋਨੀ ਦਾ ਕੜਾ ਸੀ, ਇਹ ਸੋਨੀ ਦਾ। ਕਿਹੜੀ ਸੋਨੀ ਦਾ, ਉਹ ਤੇ ਨਾਲ ਹੀ ਲੈ ਕੇ ਡੁੱਬ ਗਈ। ਓਏ ਉਹ ਕੱਚਾ ਕੜਾ ਸੀ, ਇਹ ਸੋਨੀ ਦਾ ਪੱਕਾ ਕੜਾ ਸੀ ਓਏ, ਇਹ ਸਾਡੀ ਦੂਰ ਦੀ ਦਾਦੀ ਨੇ ਲਕਾ ਲਿਆ ਸੀ, ਤਾਂ ਤੇ ਉਹ ਡੁੱਬੀ ਸੀ। ਉਹ ਇਹਨੂੰ ਤੇ ਮਿਊਜ਼ੀਅਮ ਵਾਲੇ ਮੰਗਦੇ ਰਹੇ, ਮੈਂ ਉਹਨਾਂ ਨੂੰ ਨਹੀਂ ਵੇਚਿਆ, ਅਸੀਂ ਕੋਈ ਜ਼ਮੀਨਾਂ ਨਹੀਂ ਬਚਾਈਆਂ, ਅਸੀਂ ਕੋਈ ਆਪਣਾ ਘਰ ਨਹੀਂ ਬਚਾਇਆ, ਅਸੀਂ ਤੇ ਇਹਨੂੰ ਬਚਾਇਆ ਸੀ ਦੁਸ਼ਟਾ, ਤੂੰ ਇਹਨੂੰ ਵੀ ਤੋੜਤਾ ਹੀ ਓਏ, ਉਹ ਤੇਰਾ ਕਿਹੜੇ ਯੁੱਗ ਭਲਾ ਹੋਊਗਾ ਓਏ, ਆਇਓ ਮੇਰਾ ਘੜਾ। ਓਏ ਆ ਤੁਹਾਨੂੰ ਕਿਹੜੇ ਪਾਸੇ ਲੈ ਗਿਆ ਵਾ। ਸ਼ਾਹ ਜੀ ਗਲਤੀ ਤੁਹਾਡੀ ਵੀ ਆ, ਇਹਨੂੰ ਗਲੋਂ ਫੜ ਕੇ ਸਿੱਧਾ ਮੈਂ ਤੁਹਾਡੇ ਕੋਲ ਲਿਆਉਣ ਲੱਗਾ ਹਾਂ, ਤੁਹਾਡੇ ਕੋਲ ਉੱਥੇ 10 ਮਿੰਟ ਜੇਰਾ ਨਹੀਂ ਹੋਇਆ। ਉਹ ਜੇਰਾ ਕਰਕੇ ਆਇਆ ਵਾਂ, ਸਾਰੇ ਤਾਂ ਚੱਲ ਗਏ ਉੱਥੋਂ, ਨਾਲੇ ਹੁਣ ਪੈਸੇ ਲੈ ਕੇ ਨਹੀਂ ਵਿਖਾਉਣੇ ਉੱਥੇ, ਨਾਲੇ ਲੱਖਾਂ ਦਾ ਘੜਾ ਕੋਈ ਇੱਦਾਂ ਗੇਟਾਂ 'ਚ ਨਹੀਂ ਰੱਖਦਾ ਹੁੰਦਾ। ਓਏ ਪਾਪੀ ਆ, ਮੈਨੂੰ ਕੀ ਪਤਾ ਸੀ ਤੂੰ ਇੰਨੀ ਤੇਜ਼ ਆਵੇਂਗਾ, ਮੈਂ ਤਾਂ ਧੋ ਕੇ ਆਪਣੇ ਘਰ ਰੱਖਿਆ ਸੀ, ਮੈਂ ਕਿਹੜਾ ਗਲੀ 'ਚ ਰੱਖਿਆ ਸੀ ਓਏ, ਮੈਂ ਤਾਂ ਅੱਜ ਮਿਊਜ਼ੀਅਮ ਵਾਲੇ ਸੱਦੇ ਆ, ਮੈਂ ਚੱਲ ਉਹਨਾਂ ਨੂੰ ਵੇਚ ਕੇ ਅਤੇ ਮੈਂ ਆਪਣੇ ਕਰਜ਼ੇ ਲਾਉਂਦਾ ਵਾਂ, ਤੂੰ ਤਾਂ ਮੈਨੂੰ ਘਾਹ ਜੋਗਾ ਵੀ ਨਹੀਂ ਛੱਡਿਆ ਓਏ, ਆਇਓ ਮੇਰਾ ਘੜਾ। ਸੁੱਖੇ ਦਾ ਘਰ? ਹਾਂਜੀ ਮੈਂ ਹਾਂ ਸੁੱਖਾ। ਵੇਖੋ ਅਸੀਂ ਬੰਬੇ ਮਿਊਜ਼ੀਅਮ ਤੋਂ ਆਏ ਹਾਂ, ਤੂੰ ਹੀ ਫੋਨ ਕੀਤਾ ਕਿ ਸੋਨੀ ਦਾ ਘੜਾ ਤੁਹਾਡੇ ਕੋਲ ਆ। ਹਾਂਜੀ ਆ ਪਿਆ ਜੀ। ਆਹ ਤਾਂ ਟੁੱਟਾ ਆ, ਤੁਸੀਂ ਤਾਂ ਆਖਿਆ ਸਬੂਤਾ ਆ। ਸਬੂਤਾ ਹੀ ਤੁਹਾਡੇ ਅੱਗੇ ਅੱਗੇ ਹੀ ਟੁੱਟਾ ਹੋਇਆ। ਇੱਕ ਮਿੰਟ ਲੈਟ ਮੀ ਚੈੱਕ। ਹੈਗਾ ਰੇ ਸੋਨੀ ਦਾ ਘੜਾ ਹੀ ਆ, ਤੋੜਿਆ ਕਿੰਨੇ ਆ? ਇੰਨੇ ਤੋੜਿਆ ਜੀ। ਤੁਹਾਨੂੰ ਪਤਾ ਇਤਿਹਾਸਿਕ ਤੋੜਨ ਦੀ ਸਜ਼ਾ ਕਿੰਨੀ ਹੁੰਦੀ ਆ, ਹੁਣ ਸਾਰੀ ਉਮਰ ਜੇਲ੍ਹ ਦੇ ਧੱਕੇ ਖਾਓਗੇ। ਵੇਖੋ ਜੀ ਮੈਂ ਕਿਹੜਾ ਜਾਣ ਕੇ ਤੋੜਿਆ ਵਾ, ਮੈਂ ਤਾਂ ਬੂਹਾ ਹੀ ਖੋਲਿਆ ਵਾ ਅਤੇ ਗਾੜੀ ਪਿਆ ਟੁੱਟ ਗਿਆ ਵਾ। ਭਾਵੇਂ ਜਾਣ ਕੇ ਤੋੜਿਆ, ਭਾਵੇਂ ਆਪੇ ਟੁੱਟਾ ਹੋਵੇ, ਸਜ਼ਾ ਉਨੀ ਆ। ਲਾਓ ਉੱਤੇ ਫੋਨ, ਲੈ ਕੇ ਜਾਣਾ ਘੜੀਸ ਕੇ ਇਹਨਾਂ ਨੂੰ। ਅਫਸਰੋ ਮੈਂ ਹਾਂ ਪਿੰਡ ਦਾ ਮੋਹਤਬਾਰ ਬੰਦਾ, ਇਹ ਆ ਪਿੰਡ ਦੇ ਇੱਜ਼ਤਦਾਰ ਬੰਦੇ, ਆਪਾਂ ਬਹੁਤਾ ਇਹਨਾਂ ਨੂੰ ਜਲੀਲ ਨਹੀਂ ਹੋਣ ਦੇਣਾ। ਗਲਤੀ ਇਹਨਾਂ ਕੋਲ ਜ਼ਰੂਰ ਹੋਈ ਆ, ਪਰ ਜਿਹੜੀ ਵੀ ਗਲਤੀ ਹੋਈ ਹੈ ਨਾ, ਉਹਦਾ ਬਹਿ ਕੇ ਕੋਈ ਹੱਲ ਕੱਢੀਏ, ਜਿਹੜਾ ਇਹ ਚਾਰ ਦੀਵਾਰੀ 'ਚ ਗੱਲ ਸਾਰੀ ਮੁੱਕ ਜੇ। ਤੁਸੀਂ ਬੰਦੇ ਸਮਝਦਾਰ ਲੱਗਦੇ ਜੇ। ਵੇਖੋ ਅਸੀਂ ਆਏ ਜੇ ਬੰਬਿਓ, ਸਾਡਾ ਆਉਣ ਜਾਣ ਦਾ ਫਲਾਈਟ ਦਾ ਕਿਰਾਇਆ ਦੇ ਦਿਉ, ਅਸੀਂ ਚੱਲ ਜਾਂਗੇ। ਬਾਕੀ ਆਹ ਗਰੀਬ ਦਾ ਜ਼ਰੂਰ ਸੋਚਿਓ, ਜਿਹੜਾ ਲੱਖਾਂ ਦਾ ਨੁਕਸਾਨ ਹੋ ਗਿਆ, ਆਹ ਬੈਗ 'ਚ ਅਸੀਂ ਲੱਖਾਂ ਰੁਪਈਏ ਲਿਆਂਦੇ ਇਹਨੂੰ ਦੇਣ ਲਈ। ਉਹ ਇਹ ਤਾਂ ਬੰਦਾ ਆਪਣਾ ਹੀ ਆ, ਤੁਹਾਡੇ ਸਾਹਮਣੇ 20,000 ਰੁਪਈਆ ਇਹਦੇ ਹੱਥ 'ਤੇ ਰੱਖ ਦਿੰਦੇ ਹਾਂ। ਉਹ ਮੈਂ ਨਹੀਂ ਲੈਣਾ 20,000, ਲੱਖਾਂ ਦਾ ਮੇਰਾ ਘੜਾ ਟੁੱਟ ਗਿਆ ਵਾ। ਅਤੇ ਹੋਰ ਕੀ ਲੈਣਾ ਤੂੰ? 21,000 ਕਰੋ, ਨਾਲ ਇੱਕ ਸਿਲੰਡਰ ਕਰੋ ਅਤੇ 2 ਚੁੱਲ੍ਹੇ ਕਰੋ, ਹੋ ਜਾਣਗੇ ਜਦੋਂ ਕਹਿਤਾ ਨਾ। ਸ਼ਾਹ ਜੀ ਇਹਨਾਂ ਨੂੰ ਤੋਰੋ, ਰੁਪਈਆ 20,000 ਰੱਖੋ ਇਹਨਾਂ ਦੇ ਹੱਥ 'ਤੇ, ਤੁਹਾਨੂੰ ਪਤਾ ਇਹਨਾਂ ਦੇ ਫਲੈਟ ਦਾ ਕੰਮ, ਇਹਨਾਂ ਦੂਰ ਜਾਣਾ ਵਾ। ਹੁਣ ਤਾਂ ਮੇਰੇ ਕੋਲ 10,000 ਹੀ ਹੈ। ਲਿਆਓ ਜਿੰਨੇ ਵੀ ਹੈਗੇ ਮੈਨੂੰ ਫੜਾਓ, ਬਾਕੀ ਜਾ ਕੇ ਤੁਸੀਂ ਡੇਰ ਤੋਂ ਲਿਆਓ, ਅੱਜ ਇਹਨਾਂ ਦਾ ਸਾਰਾ ਕੰਮ ਨਿਬੇੜ ਕੇ ਜਾਣਾ ਆਪਾਂ। ਬਾਕੀ ਤੂੰ ਨਿਬੇੜ ਕੇ ਆਈ, ਮੈਂ ਬਾਕੀ ਤੇਰੇ ਪੈਸੇ ਘਰ ਪਹੁੰਚਾ ਦੂੰਗਾ। ਕੋਈ ਗੱਲ ਨਹੀਂ, ਤੁਸੀਂ ਬੇਫਿਕਰ ਹੋ ਕੇ ਜਾਓ, ਆਪੇ ਹਿਸਾਬ ਕਿਤਾਬ ਕਰ ਲੈਂਦਾ ਮੈਂ ਇਹਨਾਂ ਨਾਲ। ਸ਼ਾਹ ਤੈਨੂੰ ਕਿਹਾ ਸੀ ਨਾ ਬਹਿ ਜਾ ਟੇਕੇ, 1,000 ਵਾਲਾ ਘੁੱਟ ਭਰ ਲੈਂਦਾ ਚੰਗਾ ਰਹਿੰਦਾ, ਆਹ ਲੱਖਾਂ ਵਾਲੇ ਏਡੇ ਵੱਡੇ ਘੁੱਟ ਨਹੀਂ ਤੇ ਉੱਤੋਂ ਭਰੇ ਜਾਣੇ। ਘੁੱਟ ਦੇ ਪੁੱਤ ਮੈਂ ਤੇਰਾ ਭਰੂੰਗਾ, ਨਿਗਾਹ ਜਾ ਤੂੰ ਮੇਰੀ। ਲੈ ਵੀ ਆਪਣਾ ਪਲਾਨ ਨੰਬਰ 1 ਹੀ ਕੰਮ ਕਰ ਗਿਆ ਜੀ। ਤੇ ਵੈਸੇ ਪਲਾਨ ਨੰਬਰ 2 ਕੀ ਸੀ ਤੇਰਾ? ਤੈਨੂੰ ਸਾਰੇ ਭੇਦ ਹੋਣੇ ਦੇਦਾ, ਅਜੇ ਤਾਂ ਬੜੀਆਂ ਤਗੜੇ ਤਗੜੀਆਂ ਗੇਮਾਂ ਪੈਣੀਆਂ ਵਾ, ਪੈਸੇ ਕੱਢ ਪਹਿਲਾਂ। ਤੇਰੇ ਨਾਲ ਹਿਸਾਬ ਕਿਤਾਬ ਕਰਦਾ ਬਾਅਦ 'ਚ, ਪਹਿਲਾਂ ਮੁੰਡਿਆਂ ਨੂੰ ਤੋਰ ਲਾ। ਪਤਾ ਫੜ ਤੂੰ 1,500।
ਆ ਲੈ ਛੋਟੇ ਰੁਪਈਆ 1200 ਤੂੰ ਵੀ। ਮੈਨੂੰ 1200 ਹੀ? ਤੇਰੀ ਐਕਟਿੰਗ ਬਹੁਤ ਕੱਚੀ ਸੀ, ਜੇ ਸਾਰੀ ਗੇਮ ਤੇਰੇ ਸਿਰ 'ਤੇ ਹੁੰਦੀ ਨਾ ਤੂੰ ਸਾਰਿਆਂ ਨੂੰ ਫਸਾ ਦੇਣਾ ਸੀ। ਜਾਓ ਜਾ ਕੇ ਮੌਜਾਂ ਕਰੋ। ਇਹਦੇ 'ਚ ਪੈਸੇ ਪੂਹੇ ਪਾਏ ਕਦੀ ਕਿ ਤੁਸੀਂ ਮੰਜਣ ਵੇ ਇਹਦੇ 'ਚ ਬੱਸਾਂ 'ਚ? ਉਹ ਗੁਰੂ ਆਏ ਤੇਰੇ ਬਿਸਕੁਟ ਹੀ ਆ। ਬਿਸਕੁਟ ਆ? ਆਹੋ ਬਣਾਈਏ ਫਿਰ ਚਾਹ ਥੋੜ੍ਹੀ ਥੋੜ੍ਹੀ ਨਾਲ। ਬਣਾ ਲਓ। ਉਹ ਕੋਈ ਸ਼ਰਮ ਨੂੰ ਹੱਥ ਮਾਰ, ਮੁੰਡੇ ਆਪਣੇ ਆ, ਢਾਈ ਘਰ 'ਤੇ ਡੈਣ ਵੀ ਛੱਡ ਦਿੰਦੀ ਆ, ਕਿਹੜੇ ਕੰਮਾਂ 'ਚ ਪਿਆ ਤੂੰ? ਉਹ ਸ਼ਰਮ ਵਾਲੀ ਕਾਹਦੀ ਗੱਲ ਯਾਰ, ਚਾਹ ਲਈ ਤਾਂ ਆਖਿਆ ਆ। ਜੇ ਜਿੱਦ ਕਰਨ ਡਿਆ ਫਿਰ ਬਣਾ ਲਾ ਇਹਨਾਂ ਲਈ। ਮੈਂ ਤਾਂ ਚੱਲਿਆ ਫਿਰ, ਮੇਰੇ ਕੋਲ ਤਿੰਨ ਅੱਖਾਂ ਨਾਲ ਇਹਨਾਂ ਦੀ ਬਰਬਾਦੀ ਵੇਖ ਹੀ ਨਹੀਂ ਹੋ ਜਾਣੀ। ਮੈਂ ਬਸ 5 ਮਿੰਟ 'ਚ ਆਇਆ, ਤੁਸੀਂ ਇੱਥੇ ਬਹੋ। ਠੀਕ ਆ, ਠੀਕ ਆ। ਜੈ ਨਾਥਾਂ ਦੀ, ਜੈ ਨਾਥਾਂ ਦੀ।